ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮਰੀਕਨ ਪੰਜਾਬੀ ਦਾ ਇੱਕ ਹੋਰ ਐਪੀਸੋਡ। ਆਪਾਂ ਇਸ ਟਾਈਮ ਹੈਗੇ ਹਾਂ ਨਿਆਗਰਾ ਫਾਲਸ 'ਤੇ। ਰਾਤ ਦਾ ਟਾਈਮ ਹੋ ਚੁੱਕਿਆ ਅੱਧੀ ਰਾਤੀ ਮਿਡਨਾਈਟ, ਅਤੇ ਜਸਟ ਵੀ ਡਨ ਵਿਦ ਜਿਹੜਾ ਫਾਇਰਵਰਕ ਸੀਗਾ ਉਹ ਹੋਇਆ। ਹੁਣ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਦਿਖਾਉਂਦੇ ਹਾਂ ਵੀ ਕਿੱਦਾਂ ਨਿਆਗਰਾ ਫਾਲਸ ਜਿਹੜੀ ਆ ਉਹ ਚੱਲ ਰਹੀ ਹੈ। ਇਹ ਜਿੱਥੇ ਅਸੀਂ ਖੜ੍ਹੇ ਹਾਂ ਇਹ ਪਾਸਾ ਹੈਗਾ ਅਮਰੀਕਾ ਦਾ, ਅਤੇ ਪਰਲਾ ਪਾਸਾ ਜਿਹੜਾ ਹੈਗਾ ਵਾਲਾ ਇਹ ਹੈਗਾ ਕੈਨੇਡਾ ਦਾ। ਇਹ ਕੈਨੇਡਾ ਦੇ ਵਿੱਚ ਜਿਹੜਾ ਨਾ ਉਹ ਚੱਲਦਾ ਪਿਆ ਜੀ ਸਾਰਾ ਸਿਸਟਮ, ਅਤੇ ਇਹ ਜਿਹੜਾ ਜੀ ਨਿਆਗਰਾ ਫਾਲ ਅਮਰੀਕਾ ਦੇ, ਆਪਾਂ ਇਸ ਟਾਈਮ ਅਮਰੀਕਾ 'ਚ ਜੀ। ਫਾਲ ਅਸਲ ਦੇ ਵਿੱਚ ਅਮਰੀਕਾ ਦੀ ਹੈ, ਬਟ ਜਦੋਂ ਇਹ ਜਾਂਦੀ ਹੈ ਬਾਹਰਲੇ ਪਾਸੇ ਜਿਹੜਾ ਨਜ਼ਾਰਾ ਉਹ ਸਹੀ ਆਉਂਦਾ। ਸੋ ਜਿਹੜੇ ਲੋਕ ਅਤੇ ਬੈਠੇ ਨੇ ਕੈਨੇਡਾ ਦੇ ਵਿੱਚ ਉਹ ਦੇਖਦੇ ਨੇ ਇਹਨੂੰ ਵੀ, ਇਹ ਵਧੀਆ ਤਰੀਕੇ ਦੇ ਨਾਲ ਇੰਜੋਏ ਕਰਦੇ ਨੇ। ਅਸੀਂ ਇੱਥੇ ਹੁਣ ਅਮਰੀਕਾ ਵਾਲੇ ਪਾਸੇ ਹੈਗੇ ਹਾਂ, ਸਾਨੂੰ ਫਾਲ ਤਾਂ ਸਾਡੀ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਸਾਡੀ ਤਾਂ ਮੈਂ ਇੰਝ ਕਹਿ ਰਿਹਾ ਜਿਵੇਂ ਮੈਂ ਪਤਾ ਨਹੀਂ ਇੱਥੇ ਅਮਰੀਕਾ 'ਚ ਪੱਕਾ ਹੋਇਆ ਖਲੋਤਾ, ਬਟ ਐਵੇਂ ਸ਼ੁਗਰ ਲਾ ਰਹੇ ਸੀਗੇ। ਸੋ ਇੱਧਰਲੇ ਪਾਸਿਓਂ ਜਿਹੜੀ ਆ ਫਾਲ ਨਜ਼ਰ ਨਹੀਂ ਆਉਂਦੀ ਵਧੀਆ ਕਰਕੇ ਨਜ਼ਰ ਆਉਂਦੀ ਹੈ ਪਰਲੇ ਪਾਸੋਂ, ਯਾਨੀ ਕੈਨੇਡਾ ਵਾਲੇ ਪਾਸੋਂ। ਅਤੇ ਕੈਨੇਡਾ ਵਾਲਾ ਪਾਸਾ ਜਿਹੜਾ ਜੇ ਉਹ ਰਿਹਾ,